ਜਲੰਧਰ ਵਿੱਚ ਅੱਜ ਇੱਕ ਵਾਰ ਫਿਰ ਤੋਂ ਕੋਰੋਨਾ ਬੰਬ ਫਟਿਆ 66 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਜਲੰਧਰ ਸ਼ਹਿਰ 'ਚ ਹੋਈ ਹੈ ਲਗਾਤਾਰ ਜਲੰਧਰ ਸ਼ਹਿਰ ਜਿਹੜਾ ਹੈ ਹੌਟਸਪੌਟ ਬਣਿਆ ਹੋਇਆ ਹੈ ਜਿੱਥੇ ਤੇਜ਼ੀ ਦੇ ਨਾਲ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਨੇ ਅਤੇ ਹੁਣ 66 ਨਵੇਂ ਕੇਸ ਸਾਹਮਣੇ ਆਏ ਨੇ ਜ਼ਿਲ੍ਹੇ 'ਚ ਕੁੱਲ ਮਾਮਲੇ 1533 ਹੋ ਗਏ ਨੇ ਇਸ ਵੇਲੇ ਜੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 614 ਐਕਟਿਵ ਕੇਸ ਜਲੰਧਰ ਸ਼ਹਿਰ 'ਚ ਨੇ ਉਧਰ ਹੁਸ਼ਿਆਰਪੁਰ ਵਿੱਚ BSF ਦੇ 31 ਜਵਾਨਾਂ ਸਣੇ 34 ਨਵੇਂ ਮਾਮਲੇ ਸਾਹਮਣੇ ਆਏ ਨੇ ਸਨੌਰ ਦੇ BDPO ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ ਪੰਚਾਇਤ ਸਮਿਤੀ ਸਨੌਰ ਦਾ ਦਫ਼ਤਰ 20 ਜੁਲਾਈ ਤੱਕ ਬੰਦ ਕਰ ਦਿੱਤਾ ਗਿਆ ਤੋ ਲਗਾਤਾਰ ਸੂਬੇ ਦੇ ਵਿੱਚ ਕੋਰੋਨਾ ਪਾਜ਼ੀਟਿਵ ਕੇਸਿਸ ਦੇ ਵਧਣ ਦਾ ਸਿਲਸਿਲਾ ਜਾਰੀ ਹੈ ਅਤੇ ਹੁਣ ਜਲੰਧਰ ਵਿੱਚ ਕੋਰੋਨਾ ਬੰਬ ਫਟਿਆ ਜਿਸ ਨਾਲ ਦੱਸਦੇ ਕਿ 66 ਨਵੇਂ ਮਾਮਲੇ ਸਾਹਮਣੇ ਆਏ ਨੇ ਚਿੰਤਾ ਜਿਹੜੀ ਹੈ ਲਗਾਤਾਰ ਇਸ ਨੂੰ ਲੈ ਕੇ ਬਣੀ ਹੋਈ ਹੈ ਜ਼ਿਲ੍ਹੇ 'ਚ ਕੁੱਲ ਮਾਮਲੇ 1533 ਹੋ ਗਏ ਨੇ ਐਕਟਿਵ ਮਰੀਜ਼ 614 ਪਤਰਸ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਪਤਰਸ ਜਲੰਧਰ ਸ਼ਹਿਰ 'ਚ ਲਗਾਤਾਰ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ ਆਂਕੜਾ ਜਿਹੜਾ ਹੈ 1533 ਤੇ ਪਹੁੰਚ ਗਿਆ ਇੱਕ ਚਿੰਤਾ ਜਿਹੜੀ ਹੈ ਲਗਾਤਾਰ ਜਲੰਧਰ ਲਈ ਬਣੀ ਹੋਈ ਹੈ ਜੀ ਦਾਦਾ ਵੇਖੋ ਜਲੰਧਰ ਦੇ ਵਿੱਚ ਪਿਛਲੇ ਲਗਭਗ 15 ਦਿਨ ਤੋਂ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੋਰੋਨਾ ਪੋਜ਼ਿਟਿਵ ਮਰੀਜ਼ ਮਿਲ ਰਹੇ ਨੇ ਔਰ ਅੱਜ ਇੱਕ ਵਾਰ ਫਿਰ ਕੋਰੋਨਾ ਦਾ ਧਮਾਕਾ ਹੋਇਆ ਔਰ 66 ਨਵੇਂ ਮਰੀਜ਼ ਜਿਹੜੇ ਹੈ ਉਹਨਾਂ ਦੀ ਪੁਸ਼ਟੀ ਹੋਈ ਹੈ ਔਰ ਜਿਵੇਂ ਤੁਸੀਂ ਦੱਸ ਰਹੇ ਸੋ ਕਿ ਇਹਨਾਂ 66 ਮਰੀਜ਼ਾਂ ਨੂੰ ਮਿਲਾ ਕੇ ਜਿਹੜਾ ਅੰਕੜਾ ਆ ਉਹ 1500 ਤੋਂ ਪਾਰ ਹੋ ਗਿਆ ਔਰ ਜਿਹੜੇ ਐਕਟਿਵ ਮਰੀਜ਼ ਹੈਗੇ ਨੇ ਉਹ ਵੀ 600 ਤੋਂ ਵੱਧ ਗਏ ਨੇ ਸੋ ਬੜੀ ਚਿੰਤਾ ਵਾਲੀ ਸਥਿਤੀ ਇਸ ਵਕਤ ਬਣੀ ਹੋਈ ਹੈ ਇੱਕ ਇਲਾਕੇ ਕੁਝ ਐਸੇ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਮਰੀਜ਼ ਮਿਲਦੇ ਆ ਰਹੇ ਨੇ ਅੱਜ ਵੀ ਜਿਹੜੇ ਜਿਹੜੀ ਲਿਸਟ ਜਾਰੀ ਹੋਈ ਆ ਉਹਦੇ ਵਿੱਚ ਕੁਝ ਮਹੱਲੇ ਐਸੇ ਨੇ ਜਿਨ੍ਹਾਂ ਦੇ ਵਿੱਚੋਂ 7-7, 8-8 ਮਰੀਜ਼ ਇਸੇ ਤਰੀਕੇ ਨਾਲ ਮਿਲ ਰਹੇ ਨੇ ਕੁਝ ਫੌਜ ਦੇ ਜਵਾਨ ਹੈਗੇ ਨੇ ਸੋ ਲਗਾਤਾਰ ਜਲੰਧਰ ਦੇ ਵਿੱਚ ਜਿਹੜੇ ਕੋਰੋਨਾ ਦੇ ਮਰੀਜ਼ ਨੇ ਉਹ ਮਿਲਦੇ ਆ ਰਹੇ ਨੇ ਔਰ ਜਿਹੜੇ ਲੋਕ ਨੇ ਜਿਨ੍ਹਾਂ ਦੀ ਜਾਨ ਕੋਰੋਨਾ ਲੈ ਰਿਹਾ ਉਹਨਾਂ ਦੀ ਗਿਣਤੀ ਵੀ ਜਿਹੜੀ ਲਗਾਤਾਰ ਜਲੰਧਰ ਦੇ ਵਿੱਚ ਵੱਧ ਰਹੀ ਹੈ ਜੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਕੇਸਿਸ ਲਗਾਤਾਰ ਵੱਧ ਰਹੇ ਨੇ ਕਿਤੇ ਨਾ ਕਿਤੇ ਸ਼ਾਇਦ ਹੋਰ ਸਖਤੀ ਦੀ ਲੋੜ ਨਜ਼ਰ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਪਾਲਣਾ ਕਰ ਰਹੇ ਨੇ ਕਿਉਂਕਿ ਰਾਹਤ ਤਾਂ ਮਿਲੀ ਹੈ ਲੇਕਿਨ ਇਸ ਦੇ ਬਾਵਜੂਦ ਜਿਹੜੇ ਵੀਕਐਂਡ ਲੋਕਡਾਊਨ ਵੀ ਲਗਾਇਆ ਗਿਆ ਲੇਕਿਨ ਲੱਗਦਾ ਨਹੀਂ ਕਿ ਉਸਦਾ ਕੁਝ ਅਸਰ ਹੋ ਰਿਹਾ ਦੇਖੋ ਪਾਲਣਾ ਜਿਹੜੀ ਹੈ ਉਹ ਕਿੰਨੀ ਕੁ ਹੋ ਰਹੀ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ ਕਿ ਜਿਹੜੇ ਕੇਸਿਸ ਲਗਾਤਾਰ ਸਾਹਮਣੇ ਆ ਰਹੇ ਨੇ ਹਾਲਾਂਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਸਦੇ ਵੱਲੋਂ ਇਸ ਗੱਲ ਤੇ ਤਸੱਲੀ ਪ੍ਰਗਟਾਈ ਜਾ ਰਹੀ ਹੈ ਕਿ ਜਿੰਨੇ ਲੋਕਾਂ ਦੀ ਡਿਟੈਕਸ਼ਨ ਹੋ ਰਹੀ ਹੈ ਜਿੰਨਾ ਜ਼ਿਆਦਾ ਲੋਕਾਂ ਦਾ ਪਤਾ ਲੱਗ ਰਿਹਾ ਉਹ ਚੰਗੀ ਗੱਲ ਹੈ ਕਿ ਅਸੀਂ ਉਸ ਨੂੰ ਕੰਟਰੋਲ ਕਰ ਰਹੇ ਹਾਂ ਪਰ ਜਿੱਥੋਂ ਤੱਕ ਪ੍ਰਸ਼ਾਸਨਿਕ ਹਦਾਇਤਾਂ ਦੀ ਗੱਲ ਹੈਗੀ ਹੈ ਲੋਕ ਪੂਰੀ ਤਰ੍ਹਾਂ ਦੇ ਨਾਲ ਉਲੰਘਣਾ ਕਰਦੇ ਨਜ਼ਰ ਆਉਂਦੇ ਨੇ ਇਸੇ ਕਰਕੇ ਬੀਤੇ ਕੱਲ੍ਹ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਸੁਨੇਹਾ ਲਾਇਆ ਗਿਆ ਜਿਹੜਾ ਵੀ ਕੋਈ ਤੁਹਾਨੂੰ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਨਜ਼ਰ ਆਉਂਦਾ ਉਹਦੀ ਵੀਡੀਓ ਬਣਾ ਕੇ ਭੇਜੋ ਤਾਂ ਜੋ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ ਔਰ ਹਜ਼ਾਰਾਂ ਰੁਪਏ ਦੇ ਲੱਖਾਂ ਰੁਪਏ ਦੇ ਚਲਾਨ ਹੁਣ ਤੱਕ ਲੋਕਾਂ ਦੇ ਕੱਟੇ ਵੀ ਜਾ ਚੁੱਕੇ ਨੇ ਜਿਹੜੇ ਕੁਆਰੰਟੀਨ ਹੁਕਮਾਂ ਦੀ ਉਲੰਘਣਾ ਕਰਦੇ ਨੇ ਜਾਂ ਜਿਹੜੇ ਮਾਸਕ ਨਹੀਂ ਪਾਉਂਦੇ ਸੋ ਪ੍ਰਸ਼ਾਸਨ ਸਖਤੀ ਵੀ ਕਰ ਰਿਹਾ ਪਰ ਲੋਕਾਂ ਨੂੰ ਵੀ ਅਪੀਲ ਇਹੀ ਕਰਦੇ ਹਾਂ ਕਿ ਤੁਸੀਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਇਹ ਜਿਹੜੀ ਸਾਰੀ ਸਥਿਤੀ ਹੈ ਇਸ ਨੂੰ ਟੈਕਲ ਕੀਤਾ ਜਾ ਸਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪਤਰਸ ਫਿਲਹਾਲ ਦੀ ਜਾਣਕਾਰੀ ਲਈ ਸੋ ਯਕੀਨਨ ਚਿੰਤਾ ਜਿਹੜੀ ਹੈ ਬਣੀ ਹੋਈ ਹੈ ਲੇਕਿਨ ਬਾਰ ਬਾਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਕਿਉਂਕਿ ਇਹ ਲੜਾਈ ਦੇ ਵਿੱਚ ਜੇ ਅਸੀਂ ਜਿੱਤ ਹਾਸਿਲ ਕਰਨੀ ਹੈ ਤਾਂ ਇਸ ਵਿੱਚ ਸਭ ਦਾ ਸਾਥ ਜਿਹੜਾ ਹੈ ਹੋਣਾ ਬਹੁਤ ਜ਼ਰੂਰੀ ਹੈ ਔਰ ਇਸ ਦੇ ਲਈ ਸਾਨੂੰ ਵੀ ਆਪਣੀ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਨਿਭਾਉਣੀ ਹੋਵੇਗੀ ਅਤੇ ਤਮਾਮ ਜੋ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੇ ਉਸ ਦੀ ਪਾਲਣਾ ਕਰਨੀ ਹੋਵੇਗੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਿੰਡ ਜੱਟਪੁਰਾ ਦੇ ਕਾਂਗਰਸੀ ਸਰਪੰਚ ਦੀ ਕੋਰੋਨਾ ਦੇ ਨਾਲ ਮੌਤ ਹੋ ਗਈ ਹੈ ਜਗਰਾਜ ਸਿੰਘ ਰਾਜਾ ਨੂੰ 4 ਦਿਨ ਪਹਿਲਾਂ ਹੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ ਸਮਾਣਾ ਵਿੱਚ ਕੋਰੋਨਾ ਮਹਾਮਾਰੀ ਕਰਕੇ ਇੱਕ ਹੋਰ ਮਰੀਜ਼ ਦੀ ਵੀ ਜਾਨ ਚਲੀ ਗਈ ਹੈ ਲਗਾਤਾਰ ਜਿਹੜੇ ਪੋਜ਼ਿਟਿਵ ਕੇਸ ਵੀ ਆ ਰਹੇ ਨੇ ਮੌਤਾਂ ਦਾ ਅੰਕੜਾ ਵੀ ਸੂਬੇ 'ਚ ਵਧਦਾ ਜਾ ਰਿਹਾ ਹੈ 6 ਲੋਕਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਨੇ ਉਧਰ ਮਲੇਰਕੋਟਲਾ ਅਤੇ ਅਮਰਗੜ੍ਹ ਵਿੱਚ ਵੀ 3-3 ਕੋਰੋਨਾ ਪੀੜਤਾਂ ਦੀ ਤਸਦੀਕ ਹੋਈ ਹੈ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 7 ਨਵੇਂ ਮਾਮਲੇ ਜਿੱਥੇ ਸਾਹਮਣੇ ਆਏ ਨੇ ਉੱਥੇ ਮਲੇਰਕੋਟਲਾ ਅਤੇ ਅਮਰਗੜ੍ਹ ਵਿੱਚ ਵੀ 3-3 ਕੋਰੋਨਾ ਪੀੜਤਾਂ ਦੀ ਤਸਦੀਕ ਹੋਈ ਹੈ ਪਠਾਨਕੋਟ ਵਿੱਚ 4 ਹੋਰ ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਈ ਹੈ ਕੁੱਲ 267 ਮਾਮਲਿਆਂ 'ਚੋਂ 221 ਹਾਲਾਂਕਿ ਠੀਕ ਹੋ ਚੁੱਕੇ ਨੇ 37 ਕੋਰੋਨਾ ਪੀੜਤਾਂ ਦਾ ਇਲਾਜ ਹੋ ਰਿਹਾ ਪਠਾਨਕੋਟ ਵਿੱਚ ਹੁਣ ਤੱਕ 9 ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋ ਚੁੱਕੀ ਹੈ